ਕਰੋਨਾ ਵਾਇਰਸ ਜੋ ਭਿਆਨਕ ਬਿਮਾਰੀ ਵਿਸ਼ਵ ਭਰ 'ਤੇ ਫੈਲ ਚੁੱਕੀ ਹੈ, ਜਿਸ ਦੇ ਸੰਬੰਧ ਵਿੱਚ ਲੱਖਾਂ ਹੀ ਅਨੇਕਾਂ ਜਾਨਾਂ ਮੌਤਾਂ ਹੋ ਚੁੱਕੀਆਂ ਨੇ। ਉਸ ਦੇ ਸੰਬੰਧ ਵਿੱਚ ਜਿੱਥੇ ਅਰਦਾਸਾਂ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਕਿ ਸਤਿਗੁਰੂ ਕਿਰਪਾ ਕਰਨ, ਇਸ ਬਿਮਾਰੀ ਤੋਂ ਛੁਟਕਾਰਾ ਪਵੇ, ਉੱਥੇ ਮਾਣਯੋਗ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ਾਂ ਅਨੁਸਾਰ ਸ਼੍ਰੀ ਦਰਬਾਰ ਸਾਹਿਬ ਮੁਕਤਸਰ ਵੱਲੋਂ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੇ ਅਨੁਸਾਰ ਜੋ ਜ਼ਰੂਰਤਮੰਦ ਸ਼੍ਰੀ ਦਰਬਾਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਲੋਕ ਨੇ, ਜਿਵੇਂ ਅਸੀਂ ਆ ਪ੍ਰਮੋਦ ਨਰਸਰੀ ਦੇ ਨੇੜੇ ਜੋ ਇਹ 100-150 ਦੀ ਗਿਣਤੀ ਦੇ ਵਿੱਚ ਪ੍ਰਵਾਸੀ ਲੋਕ ਨੇ ਜਿਨ੍ਹਾਂ ਦਾ ਕਾਰੋਬਾਰ ਸੀਗਾ ਉਹ ਠੱਪ ਹੋ ਚੁੱਕਿਆ ਕਰੋਨਾ ਵਾਇਰਸ ਕਰਕੇ, ਅਤੇ ਉਹਨਾਂ ਨੂੰ ਕੋਈ ਲੰਗਰ ਦੀ ਜਾਂ ਪ੍ਰਸ਼ਾਦੇ ਪਾਣੀ ਦੀ ਵਿਵਸਥਾ ਜਿਨ੍ਹਾਂ ਦੇ ਨਾ ਹੋਣ ਕਰਕੇ ਸ਼੍ਰੀ ਦਰਬਾਰ ਸਾਹਿਬ ਮੁਕਤਸਰ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਲੰਗਰ ਦੀ ਵਿਵਸਥਾ ਕੀਤੀ ਗਈ ਆ। ਇਸ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਵੱਲੋਂ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਅਸੀਂ ਸਭ ਤੋਂ ਪਹਿਲਾਂ ਇਹਨਾਂ ਨੂੰ ਆ ਕੇ ਸੈਨੀਟਾਈਜ਼ਰ ਦੇ ਨਾਲ ਹੱਥ ਸਾਫ਼ ਕਰਵਾਏ ਆ, ਅਤੇ ਉਸ ਤੋਂ ਬਾਅਦ ਇਹਨਾਂ ਦੀ ਦੂਰੀ ਬਣਾ ਕੇ ਇਹਨਾਂ ਨੂੰ ਜੋ ਲੰਗਰ ਦਰਬਾਰ ਸਾਹਿਬ ਤੋਂ ਲਿਆਂਦਾ ਉਸ ਨੂੰ ਛਕਾਇਆ ਜਾ ਰਿਹਾ, ਅਤੇ ਲੰਗਰ ਦੇ ਵਿੱਚ ਪ੍ਰਸ਼ਾਦਾ, ਚਾਵਲ, ਦਾਲ ਜੋ ਵੀ ਇਹਨਾਂ ਨੂੰ ਜ਼ਰੂਰਤ ਹੈ ਦਿੱਤੀ ਜਾ ਰਹੀ ਆ। ਇਸ ਤਰ੍ਹਾਂ ਜੋ ਹਬੋਰ ਰੋਡ 'ਤੇ ਝੁੱਗੀਆਂ ਨੇ ਜਾਂ ਹੋਰ ਜ਼ਰੂਰਤਮੰਦ ਨੇ ਜਿਹੜੇ ਗਰੀਬ ਬੈਠੇ ਨੇ ਜਿਹੜੇ ਜਿਨ੍ਹਾਂ ਕੋਲ ਰਾਸ਼ਨ ਆਦਿ ਨਹੀਂ, ਉਹਨਾਂ ਨੂੰ ਸ਼੍ਰੀ ਦਰਬਾਰ ਸਾਹਿਬ ਮੁਕਤਸਰ ਵੱਲੋਂ ਸ਼੍ਰੋਮਣੀ ਕਮੇਟੀ ਦੀ ਹਦਾਇਤ ਅਨੁਸਾਰ, ਮਾਣਯੋਗ ਸਿੰਘ ਸਾਹਿਬ ਜੀ ਦੀ ਹਦਾਇਤ ਅਨੁਸਾਰ ਦਿੱਤੀਆਂ ਜਾ ਰਹੀਆਂ। ਅਤੇ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਜੋ ਪ੍ਰਸ਼ਾਸਨ ਵੱਲੋਂ ਜੋ ਹਦਾਇਤਾਂ ਹੈ ਉਹਨਾਂ ਹਦਾਇਤਾਂ ਨੂੰ ਵੀ ਮੰਨ ਕੇ ਚੱਲਿਆ ਜਾਵੇ, ਸਾਫ਼ ਸਫਾਈ ਕੀਤੀ ਜਾਵੇ, ਅਤੇ ਘਰਾਂ ਦੇ ਵਿੱਚ ਲੋਕਡਾਊਨ ਆ ਜਿਹੜਾ ਉਸ ਦਾ ਵੀ ਜੋ ਅਮਲ ਕੀਤਾ ਜਾਵੇ। ਇਸ ਲਈ ਹਰ ਪ੍ਰਕਾਰ ਦੇ ਪ੍ਰਬੰਧ ਜਿਹੜਾ ਸ਼੍ਰੀ ਦਰਬਾਰ ਸਾਹਿਬ ਮੁਕਤਸਰ ਵੱਲੋਂ ਲੰਗਰਾਂ ਦੇ ਕੀਤੇ ਜਾ ਰਹੇ ਨੇ, ਅਤੇ ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਹ ਗਰੀਬ ਗਰੁੱਬਾ ਜਾਂ ਜ਼ਰੂਰਤਮੰਦ ਆ ਉਹਨਾਂ ਨੂੰ ਲੰਗਰ ਛਕਾਇਆ ਜਾ ਰਿਹਾ ਜੀ। ਇੱਥੋਂ ਜੀ ਤਾਂ 5-4 ਦਿਨ 'ਚ ਸਾਰੇ ਬੰਦੇ ਜਿਹੜੇ ਰੋਜ਼ ਦੀ ਰੋਟੀ ਕਮਾਉਣ ਵਾਲੇ ਸੀਗੇ ਜੀ, ਕੰਮ ਕੁੰਮ ਬੰਦ ਹੋ ਗਿਆ, ਵਿਚਾਰੇ ਪਰੇਸ਼ਾਨ ਸੀ, ਰੋਟੀ ਤੋਂ ਕਦੀ ਤੰਗ ਸੀਗੇ। ਉਸ ਕਰਕੇ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਮੈਨੇਜਰ ਸਾਹਿਬ ਨੇ ਸਾਰਾ ਕਰਵਾਇਆ ਪ੍ਰਬੰਧ ਖਾਣ ਪੀਣ ਦਾ ਜੀ। ਕਿੰਨੇ ਕੁ ਪਰਿਵਾਰ ਜਿਹੜੇ ਇੱਥੇ ਰਹਿ ਰਹੇ ਹੈਗੇ? 60 ਪਰਿਵਾਰ ਹੈ ਜੀ। ਓਕੇ, ਹੁਣ ਲੰਗਰ ਪਹੁੰਚ ਰਿਹਾ? ਹਾਂ ਜੀ ਪਹੁੰਚ ਰਿਹਾ ਦੋਵੇਂ ਟਾਈਮ ਦੀ। ਇਹ ਪ੍ਰਵਾਸੀ ਲੋਕ ਆ ਵਿਚਾਰੇ ਜੀ, ਇਹਨਾਂ ਵਿਚਾਰਿਆਂ ਖਾਣਾ ਆਉਂਦਾ ਜੀ ਗੁਰਦੁਆਰੇ ਤੋਂ, ਸ੍ਰੀ ਸਾਹਿਬ ਮੁਕਤਸਰ ਸਾਹਿਬ ਤੋਂ ਜੀ। ਅਸੀਂ ਧੰਨਵਾਦ ਜੀ ਦਰਬਾਰ ਸਾਹਿਬ ਸਿੱਖ ਹੋਣ 'ਤੇ ਮਾਣ ਆ ਸਾਨੂੰ, ਜਿਹੜੇ 2 ਟਾਈਮ ਪ੍ਰਸ਼ਾਦਾ ਆ ਰਿਹਾ ਜੀ ਕਰੋਨਾ ਵਾਇਰਸ ਕਰਕੇ। ਵਿਚਾਰੇ ਦਿਹਾੜੀਦਾਰ ਹੈਗੇ ਸੀ, ਕੰਮ ਇਹਨਾਂ ਵਿਚਾਰਿਆਂ ਠੱਪ ਨੇ ਜੀ, ਡੇਲੀ ਕਮਾਉਂਦੇ ਸੀ ਖਾਂਦੇ ਸੀ, ਹੁਣ ਕਰੋਨਾ ਵਾਇਰਸ ਕਰਕੇ ਹੈ ਨਹੀਂ, ਹੁਣ ਲੰਗਰ ਪਾਣੀ ਆ ਰਿਹਾ ਜੀ ਸ਼੍ਰੀ ਮੁਕਤਸਰ ਸਾਹਿਬ ਗੁਰਦੁਆਰੇ।